ਮੈਂ ਆਖਰ ਜਿਵੇਂ ਸ਼ੇਰ ਜਿਨ੍ਹਾਂ ਦੀ ਫਰਮਾਇਸ਼ ਹੋਈ ਹੈ ਉਹ ਸੁਣਾ ਕੇ ਤੁਹਾਡੇ ਕੋਲ ਇਜਾਜ਼ਤ ਚਾਹਨਾ। ਉਹ ਸ਼ੇਰ ਇਸ ਤਰ੍ਹਾਂ ਨੇ ਜੀ, ਉਹ ਸਾਡੇ ਕੋਲ ਇੱਕ ਬੰਦਾ ਉੱਥੇ ਹੁੰਦਾ ਤੇ ਉਹਨੇ ਚੌਧਰੀਆਂ ਦੇ ਹਲਕੇ ਦਾ ਕੁੰਜਾਂ ਵਾਲੀ ਸਾਈਡ ਦਾ ਉਹਨੇ ਸ਼ੇਰ ਲਿਖੇ ਨੇ, ਕਹਿੰਦਾ ਪਰਵੇਜ਼ ਲਾਈ ਉਹ ਬੜਾ ਜਜ਼ਬਾਤੀ ਹੈ ਤੇ ਫਿਰ ਉੱਚੀ ਆਵਾਜ਼ ਹੀ ਸ਼ੁਰੂ ਕਰ ਦਿੰਦੇ ਸੁਣਾਣੇ, ਕਹਿੰਦਾ ਪਰਵੇਜ਼ ਲਾਈ ਜਿਵੇਂ ਅਸੀਂ ਪਹਿਲੇ ਲੱਗੇ ਜੀਵਨੇ ਆ ਇੰਜ ਜੀ ਤੇ ਤੈਨੂੰ ਵੀ ਜੀਵਨੇ ਆ ਇੰਜ ਜੀ ਤੇ ਤੈਨੂੰ ਵੀ ਪਤਾ ਲੱਗੇ ਜਿਹੜਾ ਪਾਣੀ ਹੈ ਸਾਡੇ ਅੱਖਾਂ ਦਾ ਉਹਨੂੰ ਪੀ ਤੇ ਤੈਨੂੰ ਵੀ ਪਤਾ ਲੱਗੇ, ਪਤਾ ਤੈਨੂੰ ਵੀ ਲੱਗਦਾ ਜ਼ਿੰਦਗੀ ਦਾ ਜੇ ਤੇਰਾ ਵੀ ਕੁੜਾ ਵਿੱਚ ਸੋਨ ਹੁੰਦਾ। ਕਹਿੰਦਾ ਪਤਾ ਤੈਨੂੰ ਵੀ ਲੱਗਦਾ ਜ਼ਿੰਦਗੀ ਦਾ ਜੇ ਤੇਰਾ ਵੀ ਕੁੜਾ ਵਿੱਚ ਸੋਨ ਹੁੰਦਾ, ਤੇਰੀ ਰੰਨ ਨੂੰ ਥੱਪਨੇ ਗੋਹੇ ਪੈਂਦੇ ਤੇ ਅੱਲਾ ਬਾਜ ਆਸਰਾ ਕੌਣ ਹੁੰਦਾ। ਅੱਗੇ ਕਹਿੰਦਾ ਸਾਡੇ ਕੋਲ ਜੇ ਪੈਨ ਪਿਸਤੌਲ ਹੋਵੇ ਨਜ਼ਰ ਪੁਲਿਸ ਦੀ ਕੋਲੋਂ ਨਹੀਂ ਛੁਪਦਾ, ਸਾਡੇ ਕੋਲ ਜੇ ਪੈਨ ਪਿਸਤੌਲ ਹੋਵੇ ਨਜ਼ਰ ਪੁਲਿਸ ਦੀ ਕੋਲੋਂ ਨਹੀਂ ਛੁਪਦਾ, ਤੇਰੇ ਚਮਚਿਆਂ ਕੋਲ ਨਜਾਇਜ਼ ਅਸਲਾ ਤੇ ਕੋਈ ਥਾਣਿਆਂ ਵਿੱਚ ਵੀ ਨਹੀਂ ਪੁੱਛਦਾ। ਕਹਿੰਦਾ ਮੋਂਟੇ ਕਾਰਲੋ ਜਾ ਕੇ ਜੂਆ ਖੇਡੇ, ਮੋਂਟੇ ਕਾਰਲੋ ਇੱਕ ਜਗ੍ਹਾ ਉੱਥੇ ਬੜੇ ਜਿਹੜੇ ਇੰਟਰਨੈਸ਼ਨਲ ਜੁਆਰੀਏ ਨੇ ਉਹ ਜਾਂਦੇ ਨੇ ਉੱਥੇ, ਉਹ ਕਹਿੰਦਾ ਮੋਂਟੇ ਕਾਰਲੋ ਜਾ ਕੇ ਜੂਆ ਖੇਡੇ ਤੈਨੂੰ ਕਤਰਾ ਡਰ ਨਾ ਹਾਰਦਾ ਈ, ਸਾਡੇ ਕੋਲ ਨੀ ਨੋਟ ਇੱਕ ਦਸ ਦਾ ਵੀ ਜੇਕਰ ਦੇਖ ਲਾ ਖੇਤਰ ਲੋ ਹਾਰਦਾ। ਕਹਿੰਦਾ ਤੇਰਾ ਨਾ ਤੇਰਾ ਨਾਸ਼ਤਾ ਜਾਮ ਤੇ ਮੱਖਣਾ ਦਾ, ਤੇਰਾ ਨਾਸ਼ਤਾ ਜਾਮ ਤੇ ਮੱਖਣਾ ਦਾ ਸਾਡੇ ਕੋਲ ਨੀ ਤੜਕਾ ਸਾਗ ਲਈ, ਜਿਵੇਂ ਅਸੀਂ ਵੇਲੇ ਲੈ ਕੇ ਜੀਵਨੇ ਆ ਇੰਜ ਜੀ ਤੇ ਤੈਨੂੰ ਵੀ ਪਤਾ ਲੱਗੇ, ਜਿਹੜਾ ਪਾਣੀ ਹੈ ਸਾਡਿਆਂ ਖੂਹਾਂ ਦਾ ਉਹਨੂੰ ਪੀ ਤੇ ਤੈਨੂੰ ਵੀ ਪਤਾ ਲੱਗੇ। ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ